ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੇਤੀ ਕਾਨੂੰਨਾਂ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਭਾਰਤ ਦੀ ਰਾਜਧਾਨੀ ਦੇ ਚਾਰ ਚੁਫੇਰੇ ਦੇ ਬਾਰਡਰਾਂ ਦੇ ਉੱਪਰ ਭਾਰਤ ਦੀਆਂ ਸਾਰੀਆਂ ਸਟੇਟਾਂ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਅਤੇ ਲੋਕਾਂ ਦੇ ਸਹਿਯੋਗ ਸਦਕਾ ਲੰਮੇ ਸਮੇਂ ਤੋਂ ਕਾਲੇ ਕਾਨੂੰਨ ਖਤਮ ਕਰਨ ਵਾਸਤੇ ਕਿਸਾਨਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਅਤੇ ਕਿਸਾਨ ਜਥੇਬੰਦੀਆਂ ਵੱਲੋਂ 26 ਮਾਰਚ 2021 ਨੂੰ ਭਾਰਤ ਬੰਦ ਦਾ ਜਿਹੜਾ ਸੱਦਾ ਦਿੱਤਾ ਗਿਆ ਹੈ, ਸਾਰੇ ਹੀ ਦੇਸ਼ ਵਾਸੀਆਂ ਨੂੰ ਅਸੀਂ ਇੰਟਰਨੈਸ਼ਨਲ ਪੰਥਕ ਦਲ UK ਅਤੇ ਇੰਟਰਨੈਸ਼ਨਲ ਪੰਥਕ ਦਲ ਇਟਲੀ ਵੱਲੋਂ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਪੂਰੇ ਦੇਸ਼ ਦੇ ਵਾਸੀ ਜਿਨ੍ਹਾਂ ਨੂੰ ਕਿਸਾਨ ਮਿੱਟੀ ਨਾ ਮਿੱਟੀ ਹੋ ਕੇ ਅਨਾਜ ਪੈਦਾ ਕਰਕੇ, ਫਸਲਾਂ ਪੈਦਾ ਕਰਕੇ ਅਤੇ ਲੋਕਾਂ ਦੇ ਖਾਣ ਪੀਣ ਵਾਸਤੇ ਚੀਜ਼ਾਂ ਆਪਣੇ ਖੇਤਾਂ 'ਚ ਉਗਾ ਕੇ ਸ਼ਹਿਰਾਂ ਤੱਕ ਹਰ ਇੱਕ ਥਾਂ ਤੱਕ ਪਹੁੰਚਾਉਂਦੇ ਨੇ, ਅੱਜ ਉਹ ਜਿਨ੍ਹਾਂ ਨੂੰ ਅਸੀਂ ਅੰਨਦਾਤਾ ਕਹਿੰਦੇ ਹਾਂ, ਅੱਜ ਉਹ ਸੜਕਾਂ ਦੇ ਉੱਪਰ ਰੁਲ ਰਿਹਾ ਜਿਨ੍ਹਾਂ ਨੇ ਪਹਿਲਾਂ ਸਿਆਲ ਦੇ ਦਿਨਾਂ 'ਚ ਠੰਡ ਦੇ ਵਿੱਚ ਕੰਕਰੀਲੀਆਂ ਰਾਤਾਂ ਜਿਹੜੀਆਂ ਉਹ ਕੱਟੀਆਂ ਅਤੇ ਅੱਜ ਜਿਹੜਾ ਮੌਸਮ ਹੈ ਪੰਜਾਬ ਦਾ ਜਾਂ ਦਿੱਲੀ ਦਾ ਜਾਂ ਭਾਰਤ ਦਾ, ਉਹ ਪੂਰੀ ਗਰਮੀ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਹੈ। ਹੁਣ ਤਪਦੀਆਂ ਲੋਹਾਂ ਵਾਂਗੂ ਤਪਦੇ ਮੌਸਮ ਦੇ ਵਿੱਚ ਆਪਣੇ ਬੱਚਿਆਂ ਬਜ਼ੁਰਗਾਂ ਨੂੰ ਲੈ ਕੇ ਸਾਰੇ ਦੇਸ਼ ਦੇ ਲੋਕ ਦਿੱਲੀ ਦੀਆਂ ਸਰਹੱਦਾਂ ਉੱਪਰ ਬੈਠੇ ਨੇ। ਸਰਕਾਰਾਂ ਦੇ ਕੰਨ ਤੋਂ ਜੂੰ ਨਹੀਂ ਸਰਕ ਰਹੀ, ਇਹਨਾਂ ਕਾਨੂੰਨਾਂ ਨੂੰ ਖਤਮ ਕੀਤੇ ਤੋਂ ਬਗੈਰ ਕਿਸਾਨ ਕਹਿੰਦੇ ਅਸੀਂ ਹਿੱਲਣਾ ਨਹੀਂ, ਇੰਨੇ ਸਿਰੜ ਦੇ ਨਾਲ ਉਹ ਬੈਠੇ ਹੋਏ ਨੇ। ਸੋ ਜੋ ਕੱਲ੍ਹ ਨੂੰ 26 ਮਾਰਚ 2021 ਦਿਨ ਸ਼ੁੱਕਰਵਾਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ, ਅਸੀਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਇਸ ਸੱਦੇ ਦਾ ਪੂਰਨ ਸਮਰਥਨ ਕਰਦੇ ਹਾਂ ਅਤੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਕੱਲ੍ਹ ਨੂੰ ਇਸ ਭਾਰਤ ਬੰਦ ਦੇ ਸੱਦੇ ਦਾ ਪੂਰੇ ਦੇਸ਼ ਦੇ ਵਾਸੀ ਜਿਹੜੇ ਆ ਉਹ ਹਰ ਤਰੀਕੇ ਦੀ ਆਵਾਜਾਈ ਔਰ ਹਰ ਤਰੀਕੇ ਦੇ ਕਾਰੋਬਾਰਾਂ ਨੂੰ ਜਿਹੜਾ ਹੈ ਇੱਕ ਦਿਨ ਵਾਸਤੇ ਬੰਦ ਕਰਕੇ ਅਤੇ ਕਿਸਾਨਾਂ ਦੇ ਨਾਲ ਖੜ੍ਹੇ ਹੋ, ਤੁਸੀਂ ਕਿਸਾਨਾਂ ਦਾ ਸਾਥ ਦੇ ਰਹੇ ਹੋ, ਇਸ ਚੀਜ਼ ਦਾ ਭਰੋਸਾ ਉਹਨਾਂ ਕਿਸਾਨ ਜਥੇਬੰਦੀਆਂ ਨੂੰ ਦਵਾਇਆ ਜਾ ਸਕੇ। ਵੱਧ ਤੋਂ ਵੱਧ ਜਿਹੜੇ ਦੇਸ਼ ਦੇ ਵਾਸੀ ਨੇ ਉਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਭਾਰਤ ਬੰਦ ਦੇ ਸੱਦੇ ਦਾ ਸਹਿਯੋਗ ਕਰੋ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਪਿੰਡੋ ਪਿੰਡਾਂ ਤੋਂ ਜਿਹੜੇ ਹੈ ਉਹ ਜਥੇ ਦਿੱਲੀ ਦੀਆਂ ਸਰਹੱਦਾਂ ਨੂੰ ਜਾਂਦੇ ਰਹਿਣ, ਤਦ ਤੱਕ ਜਦੋਂ ਤੱਕ ਇਹ ਕਾਲੇ ਕਾਨੂੰਨ ਖਤਮ ਨਹੀਂ ਹੋ ਜਾਂਦੇ ਅਤੇ ਕਿਸਾਨ ਆਪਣੀਆਂ ਜ਼ਮੀਨਾਂ ਨੂੰ ਬਚਾਉਂਦੇ ਹੋਏ, ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਂਦੇ ਹੋਏ ਇਹ ਕਾਨੂੰਨਾਂ ਦੇ ਉੱਪਰ ਜਿੱਤ ਕੇ ਵਾਪਸ ਨਹੀਂ ਆਉਂਦੇ। ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਪੰਜਾਬ ਦੇ ਲੋਕਾਂ ਵਾਸਤੇ ਲੜ ਰਹੀਆਂ ਨੇ, ਉਹਨਾਂ ਵਾਸਤੇ ਸੰਘਰਸ਼ ਕਰ ਰਹੀਆਂ ਨੇ। ਇਸ ਕਰਕੇ ਸੰਯੁਕਤ ਮੋਰਚੇ ਦਾ ਵੀ ਵੱਧ ਤੋਂ ਵੱਧ ਜਿਹੜਾ ਉਹ ਸਾਥ ਦਿੱਤਾ ਜਾਵੇ ਅਤੇ ਕੱਲ੍ਹ 26 ਮਾਰਚ ਦਿਨ ਸ਼ੁੱਕਰਵਾਰ 2021 ਨੂੰ ਪੂਰੇ ਦੇਸ਼ ਦੇ ਵਾਸੀ ਉਹ ਇਸ ਭਾਰਤ ਬੰਦ ਨੂੰ ਪੂਰਨ ਤੌਰ 'ਤੇ ਸਮਰਥਨ ਦੇਣ। ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੰਟਰਨੈਸ਼ਨਲ ਪੰਥਕ ਦਲ UK ਅਤੇ ਇੰਟਰਨੈਸ਼ਨਲ ਪੰਥਕ ਦਲ ਇਟਲੀ ਵੱਲੋਂ ਦੇਸ਼ ਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।